ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੀ ਸੰਸਕ੍ਰਿਤੀ ਬਣਾਈ ਰੱਖਦੇ ਹੋਏ ਉਸਨੂੰ ਲੰਡਨ ਦੀ ਤਰ੍ਹਾਂ ਸਾਫ਼ ਸੁਥਰਾ ਬਣਾਇਆ ਜਾਵੇਗਾ। ਉਹਨਾਂ ਦੀ ਟਿੱਪਣੀ ਦਾ ਵਿਰੋਧੀ ਧਿਰ ਨੇ ਮਜ਼ਾਕ ਉਡਾਇਆ ਸੀ। ਆਪਣੇ ਬਿਆਨ ਤੋਂ ਪਲਟਦੇ ਹੋਏ ਮੰਗਲਵਾਰ ਨੂੰ ਕੇਜਰੀਵਾਲ ਨੇ ਕਿਹਾ ਕਿ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਇਹ ਨਹੀਂ ਕਿਹਾ ਸੀ ਕਿ ਮੈਂ ਦਿੱਲੀ ਨੂੰ ਲੰਡਨ ਬਣਾ ਦੇਵਾਂਗਾ। ਦਿੱਲੀ ਦੀ ਆਪਣੀ ਸੰਸਕ੍ਰਿਤੀ ਅਤੇ ਦਿਲ ਹੈ, ਦਿੱਲੀ ਦੇ ਲੋਕ ਕਾਫ਼ੀ ਚੰਗੇ ਨੇ। ਦੱਸ ਦਈਏ ਕਿ ਕੇਜਰੀਵਾਲ ਨੇ ਐਤਵਾਰ ਨੂੰ ਇੱਕ ਸਭਾ 'ਚ ਕਿਹਾ ਸੀ ਕਿ ਜੇਕਰ ਆਪ MCD ਦਿੱਲੀ ਨਗਰ ਨਿਗਮ ਚੋਣਾਂ 'ਚ ਜਿੱਤ ਹਾਸਲ ਕਰਦੀ ਹੈ ਤਾਂ ਉਹ ਦਿੱਲੀ ਨੂੰ 1 ਸਾਲ ਦੇ ਅੰਦਰ ਲੰਡਨ ਦੀ ਤਰ੍ਹਾਂ ਬਣਾ ਦੇਣਗੇ।